ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਚੱਲਦਾ ਚੱਲਦਾ ਦੁੱਧ ਨਾਲ ਭਰਿਆ ਕੈਂਟਰ ਟਰੱਕ ਦੇ ਅਗਲੇ ਹਿੱਸੇ ਤੋਂ ਅਲੱਗ ਹੋ ਗਿਆ ਤੇ ਸੜਕ ਤੇ ਹੀ ਪਲਟ ਗਿਆ। ਦੂਜੇ ਪਾਸੇ ਡੂੰਗੀ ਖੱਡ ਸੀ। ਗਨੀਮਤ ਰਹੀ ਕਿ ਇਹ ਕੈਂਟਰ ਉਸ ਖੱਡ ਦੇ ਵਿੱਚ ਨਹੀਂ ਜਾ ਟਿਕਿਆ। ਚਾਲਕ ਦਾ ਕਹਿਣਾ ਹੈ ਕਿ ਜਦੋਂ ਇਸ ਰੋਡ ਤੋਂ ਗੁਜ਼ਰ ਰਿਹਾ ਸੀ ਤਾਂ ਅਚਾਨਕ ਹੀ ਇਸ ਕੈਂਟਰ ਦਾ ਅਗਲਾ ਹਿੱਸਾ ਉੱਪਰ ਉੱਠਿਆ ਅਤੇ ਫਿਰ ਅਚਾਨਕ ਅਲੱਗ ਹੋ ਕੇ ਪਲਟ ਗਿਆ, ਜਿਸ ਕਰਕੇ ਇੱਥੇ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਨੇ। ਪਰ ਇੱਥੇ ਗਨੀਮਤ ਰਹੀ ਹੈ ਕਿ ਦੂਜੇ ਪਾਸੇ ਡੂੰਗੀ ਖੱਡ ਸੀ, ਜਿਸ ਵਿੱਚ ਨਾ ਤਾਂ ਇਹ ਕੈਂਟਰ ਡਿੱਗਿਆ ਤੇ ਨਾ ਹੀ ਟਰੱਕ ਦਾ ਅਗਲਾ ਹਿੱਸਾ। ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇੱਥੇ ਮਾਲਕ ਦਾ ਜ਼ਰੂਰ ਲੱਖਾਂ ਦਾ ਨੁਕਸਾਨ ਹੋ ਗਿਆ। ਇਸ ਕੈਂਟਰ ਦੇ ਵਿੱਚ ਅਮੁਲ ਡੇਰੀ ਦੇ ਪ੍ਰੋਡਕਟ ਸਨ, ਜਿਸ ਵਿੱਚ ਦੁੱਧ, ਦਹੀਂ, ਲੱਸੀ ਤੇ ਪਨੀਰ ਸੀ ਤੇ ਸਾਰਾ ਸਮਾਨ ਹੀ ਇਸ ਕੈਂਟਰ ਦੇ ਪਲਟਣ ਦੇ ਕਾਰਨ ਖਰਾਬ ਹੋ ਗਿਆ। ਤਾਂ ਮਾਲਕ ਦਾ ਕਹਿਣਾ ਹੈ ਕਿ ਉਸਦਾ ਇੱਥੇ ਲੱਖਾਂ ਦਾ ਨੁਕਸਾਨ ਹੋਇਆ। ਦਰਅਸਲ ਇਹ ਕੈਂਟਰ ਬਟਾਲਾ ਤੋਂ ਆ ਰਿਹਾ ਸੀ। ਅਮੁਲ ਦੇ ਪ੍ਰੋਡਕਟ ਇਸ ਵਿੱਚ ਭਰੇ ਹੋਏ ਸਨ, ਜਿਸ ਲਈ ਇਹ ਸਮਾਨ ਸਪਲਾਈ ਕਰਨ ਜਾ ਰਿਹਾ ਸੀ। ਤਾਂ ਅਚਾਨਕ ਹੀ ਟਰੱਕ ਦੇ ਨਾਲ ਉਹ ਕੈਂਟਰ ਅਲੱਗ ਹੋ ਗਿਆ ਤੇ ਸੜਕ ਤੇ ਹੀ ਪਲਟ ਗਿਆ। ਗਨੀਮਤ ਰਹੀ ਕਿ ਕੋਈ ਹੋਰ ਵੱਡਾ ਹਾਦਸਾ ਨਹੀਂ ਹੋਇਆ, ਕਿਉਂਕਿ ਪਿੱਛੇ ਹੋਰ ਵੀ ਗੱਡੀਆਂ ਇਸ ਸੜਕ ਤੋਂ ਜਾ ਰਹੀਆਂ ਸਨ। ਸਵੇਰ ਦਾ ਸਮਾਂ ਹੋਣ ਕਰਕੇ ਟ੍ਰੈਫਿਕ ਘੱਟ ਸੀ, ਨਹੀਂ ਤਾਂ ਇੱਥੇ ਹੋਰ ਵੀ ਵੱਡਾ ਹਾਦਸਾ ਹੋ ਸਕਦਾ ਸੀ। ਪਰ ਜੇਕਰ ਕੈਂਟਰ ਜਾਂ ਟਰੱਕ ਇਸ ਖੱਡ ਦੇ ਵਿੱਚ ਪਲਟ ਜਾਂਦਾ ਤਾਂ ਜਾਨ ਵੀ ਜਾ ਸਕਦੀ ਸੀ। ਉਧਰ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਵੀ ਇੱਥੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਚੱਲਦਾ ਹੋਇਆ ਕੈਂਟਰ ਟਰੱਕ ਦੇ ਨਾਲੋਂ ਅਲੱਗ ਕਿਵੇਂ ਹੋ ਗਿਆ ਤੇ ਕਿਵੇਂ ਪਲਟ ਗਿਆ। गाड़ी में मतलब माल खराब हो गया, इससे ज़्यादा 50-60 क्रेट खराब हो गए हैं। पनीर की पेटियाँ और दही के मटके वगैरह फट गए हैं सारे। हाँ जी, दूध था, पनीर था और दही थे वगैरह, लस्सी थी। 50-60 के करीब मतलब माल खराब हो चुका है। बाकी पनीर खराब हो गया है, मटके खत्म हो गए हैं, 5-5 किलो के सारे खत्म हो चुके हैं मटके। और गाड़ी नंबर 3A10, ये दूध वाली गाड़ी है। ये सिलेटी मोड़ पर, मैं रोड पर जो है, ये जो आम्ब से नौरान की तरफ जाता है, इस पर जो है, इस गाड़ी के अचानक मोड़ पर जो है, ऊपर डिब्बा का जो कुंडा टूटने के कारण जो है डिब्बा नीचे गिर गया और गाड़ी पलट कर जो है सड़क पर गिर गई। इसमें ड्राइवर की जो है एक बाजू में थोड़ी चोट आई है, इसे तुरंत हॉस्पिटल भेज दिया गया है। बाकी रोड को जो है ये भी सिक्योर करने का